ਰਿਜ਼ਲਟ ਹੈਗਾ ਜਿਹੜਾ ਨਿਮਟਿਸ ਕੀਤੀ ਹੈ, ਜਿਹੜੇ ਇੱਧਰ ਆਹ ਦੇਖੋ ਆਹ ਪਲਾਂਟ ਨੂੰ ਕੀਤੀ ਹੈ, ਇਹ ਤੁਹਾਡੇ ਸਾਹਮਣੇ ਹੈਗਾ, ਠੀਕ ਹੈ। ਇੱਧਰ ਨਹੀਂ ਹੋਈ ਹੋਈ ਆਹ ਪਲਾਂਟ ਤੁਸੀਂ ਆਪ ਦੇਖੋ, ਇਹਦੇ ਤੁਹਾਨੂੰ ਡਿਫਰੈਂਟ ਦਿਖਦਾ ਪੱਤਿਆਂ ਦਾ, ਲੀਫ ਦਾ ਦੇਖੋ, ਠੀਕ ਹੈ। ਆਹ ਲੀਫ ਆ ਉਹਦੇ ਮੋੜੇ ਹੋਏ ਆ, ਸਾਈਜ਼ ਦੇਖੋ ਫਰੂਟ ਦਾ ਹੈਗਾ ਅਤੇ ਸਾਰਾ ਕਲਰ ਦਾ ਦੇਖੋ, ਫਰੂਟ ਦੀ ਸ਼ਾਈਨਿੰਗ ਦਾ ਦੇਖੋ। ਨਿਮਟਿਸ ਫਰੂਟ ਦਾ ਡਿਫਰੈਂਸ ਆ ਦੇਖੋ, ਫਰੂਟ ਦਾ ਸਾਈਜ਼ ਦੇਖੋ, ਠੀਕ ਹੈ, ਕਲਰ ਦੇਖੋ, ਅਤੇ ਫਰੂਟ ਦੇ ਹੈਗਾ ਵੀ ਜ਼ਿਆਦਾ ਮਾਤਰਾ 'ਚ ਪੱਤੇ। ਲੀਫ ਦਾ ਦੇਖੋ ਤੁਸੀਂ, ਜਿਹੜਾ ਇਹ ਜਿਹੜਾ ਹੈਗਾ ਇਹਦਾ ਲੀਫ ਅਤੇ ਉਹਦੇ ਲੀਫ ਦੇਖ ਲਓ। ਡਿਮਟੀ ਦਾ ਆਪਦੇ ਜਿਹਨਾਂ ਨੂੰ ਪ੍ਰੋਬਲਮ ਹੈਗੀ ਨੀਮਾਟੋਡ ਦੀ, ਉਹਨੂੰ ਸਭ ਨੂੰ ਪਤਾ ਲੱਗ ਜਾਂਦਾ ਵੀ ਕੀ ਹੈਗਾ ਡਿਫਰੈਂਸ ਨਹੀਂ ਹੈ। ਅਤੇ ਜਿਹਨੇ ਸਾਰੇ ਸੁੱਕੇ ਹੋਏ ਇੱਥੇ, ਸੁੱਕੇ ਹੋਏ ਬੂਟੇ ਆ, ਠੀਕ ਹੈ। ਜਿਹਨੂੰ ਨਹੀਂ ਪਤਾ ਨਿਮਟੀਜ਼ ਦਾ, ਜਿਹਨੂੰ ਨਿਮਟੋਡ ਬਾਰੇ ਨਹੀਂ, ਫਾਰਮਰ ਨੂੰ ਪਤਾ, ਉਹਨੂੰ ਸਮਝ ਨਹੀਂ ਆ ਸਕਦਾ। ਜਿਹਨੂੰ ਪਤਾ ਨਿਮਟੀਜ਼ ਦੀ ਪ੍ਰੋਬਲਮ ਹੈਗੀ ਹੈ ਜਿਹੜੇ ਬੂਟਿਆਂ ਨੂੰ ਹੈਗੀ ਹੈ, ਉਹ ਸਾਫ਼ ਪਤਾ ਲੱਗਦਾ। ਕਲਰ ਦਾ ਵੀ ਤੁਹਾਨੂੰ ਫਰਕ ਲੱਗ ਗਿਆ ਦੇਖੋ, ਆਹ ਦੇਖ ਲਓ ਤੁਸੀਂ ਆਪ ਹੀ ਦੇਖ ਲਓ, ਫਰੂਟ ਦੇ ਕਲਰ ਦਾ ਅਤੇ ਪੱਤਿਆਂ ਦੇ ਕਲਰ ਦਾ ਡਿਫਰੈਂਸ ਹੈਗਾ। ਨਿਮਟੀਜ਼ ਦਾ ਰਿਜ਼ਲਟ ਹੈਗਾ, ਫੁੱਲ ਰਿਜ਼ਲਟ ਹੈਗਾ। ਇੱਕ ਜਿੱਦਾਂ ਹੁਣੇ ਆਪਾਂ ਰੂਟਸ ਵਗੈਰਾ ਚੈੱਕ ਕੀਤੀਆਂ ਨੇ, ਹਾਂਜੀ, ਅਤੇ ਉਹਨਾਂ 'ਚ ਤੁਹਾਨੂੰ ਕੀ ਰੂਟਸ ਦਾ ਜਿਹੜਾ ਹੈਗਾ, ਜਿਹੜਾ ਨੋਨ ਨਿਮਟਿਜ਼ ਦਾ ਹੈਗਾ ਉਹ ਗਰੋਥ ਨਹੀਂ ਕੀਤੀ ਹੋਈ, ਉੱਧਰ ਸੁੱਕਦੀਆਂ ਪਈਆਂ, ਅਤੇ ਜਿਹੜਾ ਨਿਮਟਿਜ਼ ਹੈਗਾ ਉਹਦਾ ਖਲਾਰਾ ਰੂਟਸ ਦਾ, ਹਰੀਆਂ ਰੂਟਸ ਹੈਗੀਆਂ, ਰੂਟਸ ਜ਼ਿਆਦਾ ਡਿਵੈਲਪ, ਰੂਟ ਡਿਵੈਲਪ ਹੋ ਰਹੀਆਂ, ਉਹ ਉੱਥੇ ਸੁੰਗੜ ਰਹੀਆਂ ਜਿਹੜੀਆਂ ਹੈਗੀਆਂ। ਮੇਨ ਪ੍ਰੋਬਲਮ ਜਿਹੜੀ ਰੂਟਸ ਦੀ ਹੈ ਉਹ ਪਤਾ ਲੱਗਦਾ ਆਪਾਂ ਨੂੰ, ਫਿਰ ਕਲੀਅਰ ਜਿਹੜੀ ਹੈਗੀ ਹੈ ਉਹਨੂੰ ਫਰਕ, ਰੂਟਸ ਤੋਂ ਹੀ ਸਾਰਾ ਇਹ ਜਿਹੜਾ ਬੂਟੇ ਨੂੰ ਫਰਕ ਪਿਆ। ਮੇਨ ਰੂਟਸ ਡਿਵੈਲਪ ਹੋਣਗੀਆਂ, ਰੂਟਸ ਸਾਰਾ ਸਾਰਾ ਮੇਨ। ਪਹਿਲੇ ਤੁਸੀਂ ਕਿਤਨੇ ਬੂਟੇ ਉਖਾੜ ਦਈਏ ਇੱਥੇ? ਇਹਨਾਂ ਤੋਂ ਪਹਿਲੇ ਬੂਟੇ ਤੋਂ ਜਿਹੜੇ ਹੈਗੇ 5-6 ਉਖਾੜੇ ਹੋਏ ਆ ਜਿਹੜੇ, ਆਹ ਉਖਾੜੋਗੇ ਜਿਹੜੇ ਹੁਣ ਜਿਹੜਾ ਰਿਜ਼ਲਟ ਹੈਗਾ, ਹੁਣ ਕਾਹਦੇ ਵਾਸਤੇ ਉਖਾੜਨੇ, ਹੁਣ ਤਾਂ ਸਾਰਿਆਂ ਨੂੰ ਪਾਵਾਂਗੇ, ਜਿਹੜੇ ਨੂੰ ਹੋਰ ਵੀ ਖਰਾਬ ਲੱਗਦੇ, ਜਿਹਨਾਂ ਨਹੀਂ ਪਈ ਉਹਨਾਂ ਨੂੰ ਅੱਗੇ ਪਾਵਾਂਗੇ। ਤੁਸੀਂ ਨੀਮਾਟੋਡ ਦੀ ਪਹਿਚਾਣ ਕਿਵੇਂ ਕਰਦੇ ਹੋ ਜ਼ਰਾ ਦੱਸੋ? ਨੀਮਾਟੋਡ ਦੀ ਇਹੀ ਹੈ ਜਿਹੜੇ ਆਹ ਦੇਖੋ, ਜਿਹੜਾ ਆਹ ਲੀਫ ਹੈ ਜਿਹੜਾ ਆਹ ਬਿਲਕੁਲ ਮੁੜਿਆ ਹੋਇਆ ਹੈ ਜੀ, ਠੀਕ ਹੈ। ਇਸ ਹੋ ਗਿਆ ਇੱਕ ਬੂਟੇ ਦੀ ਗਰੋਥ ਨਹੀਂ ਹੈਗੀ ਪ੍ਰੋਪਰ, ਦੂਜਾ ਜਿਹੜਾ ਬਿਨਾਂ ਨੀਮਾਟੋਡ ਤੋਂ ਉਹਦੇ ਨਾਲ ਸਾਈਜ਼ ਛੋਟਾ, ਫਰੂਟ ਸਾਈਜ਼ ਦੇਖੋ, ਬੂਟੇ ਦਾ ਜਿਹੜਾ ਹੈਗਾ ਇਹਦਾ ਪੱਤਿਆਂ ਦਾ ਲੀਫ ਦਾ ਸਾਈਜ਼ ਦੇਖੋ, ਲੀਫ ਦੇ ਸਾਈਜ਼ ਤੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨੀਮਾਟੋਡ ਜਿਹੜੀ ਹੈਗੀ ਹੈ ਪ੍ਰੋਬਲਮ ਹੈਗੀ ਹੈ। ਔਰ ਅੱਗੇ ਬੂਟੇ ਤੋਂ ਉਸਮੇ ਕੀ ਡਿਫਰੈਂਸ ਹੈ ਜਰਾ ਔਰ ਦਿਖਾਣਾ, ਬੂਟੇ ਦੀ ਗਰੋਥ ਦਾ ਹੀ ਪਤਾ ਲੱਗ ਜਾਂਦਾ। ਜੈਸੇ ਇਹ ਸੁੱਕਾ ਬੂਟਾ ਹੈ, ਔਰ ਕੀ ਡਿਫਰੈਂਸ ਆਉਣ ਲੱਗਾ? ਬੂਟਾ ਅੱਗੇ ਨਾਲ ਚੱਲ ਰਿਹਾ, ਜਿਹੜਾ ਅੱਗੇ ਜਿਹੜਾ ਸੁੱਕਣ ਦੀ ਤਦਾਦ 'ਚ ਸੀਗਾ ਬੂਟਾ, ਉਹ ਦੁਬਾਰਾ ਤੋਂ ਹਰਾ ਹੋ ਰਿਹਾ, ਦੁਬਾਰਾ ਤੇ ਹਰਾ ਹੋ ਰਿਹਾ ਵਗੈਰਾ। ਹਾਂ, ਫਰੂਟ ਇਹਨਾਂ ਅੱਗੇ ਨਾਲ ਜ਼ਿਆਦਾ ਹੈਗਾ ਜਿਹੜਾ ਹੈਗਾ, ਜਿਵੇਂ ਮੰਨ ਲਓ ਸਾਨੂੰ ਲੱਗਦਾ ਨਹੀਂ ਫਰੂਟ ਲੱਗੂਗਾ, ਇਹਨੂੰ ਫਰੂਟ ਵੀ ਵੱਧ ਹੈਗਾ, ਫੋਟ ਵਗੈਰਾ ਵੀ ਕਾਫੀ ਆ ਰਹੀ ਨਵੀਂ ਫੋਟ। ਹਾਂ ਠੀਕ ਹੈ, ਕੀ ਨਾਮ ਹੈ ਬਾਈ ਜੀ ਆਪਣਾ? ਮੇਰਾ ਨਾਮ ਹਰਸਿਮਰਨ ਸਿੰਘ ਹੈ ਜੀ। ਫਾਦਰ ਨੇਮ? ਜਗਿੰਦਰ ਸਿੰਘ, ਪਿੰਡ ਸਲਾਮੇ ਵਾਲਾ। ਮੋਬਾਈਲ ਨੰਬਰ ਤੁਸੀਂ ਦੱਸਿਓ ਆਪਣਾ? 98-152-00-104। ਤੁਸੀਂ ਸੰਤੁਸ਼ਟ ਹੋ? ਹਾਂ, ਨਿਮਟਿਜ਼ ਤੋਂ। ਟੋਟਲ ਕਿੰਨੇ ਏਕੜ ਆਪਣੇ ਕੋਲ ਸਿਟਰਸ ਬਾਗ ਹੈ? ਇਹ ਆਪਣੇ ਕੋਲ 11 ਏਕੜ ਹੈ ਜੀ। ਤੇ ਕਿੰਨੇ ਬੂਟੇ ਹੈ ਜਿਹੜੇ ਹੈਗੇ? ਜੇ ਮੰਨ ਲਓ ਹੁਣ ਮੈਂ 200 ਬੂਟੇ ਨੂੰ ਤਾਂ ਪਲੱਸ ਪਾਈ ਹੈ, ਠੀਕ ਹੈ। ਟੋਟਲ ਕਿੰਨੇ ਬੂਟੇ? ਟੋਟਲ ਹੈ ਜਿਹੜੇ ਇਸ ਬਾਗ 'ਚ ਹੈਗੇ 660 ਬੂਟੇ ਹੈਗੇ ਆ, ਅਤੇ ਜਿੰਨੇ ਜੋ ਆਪਾਂ ਅੱਗੇ ਵੀ ਪਾਉਣ ਵੱਧ ਕਰਾਂਗੇ ਵਧਾਵਾਂਗੇ ਵੀ। ਠੀਕ ਹੈ, ਠੀਕ ਹੈ, ਥੈਂਕ ਯੂ।